ਸੋ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਡੀਅਰ ਫਰੈਂਡਸ। ਤਾਂ ਆਓ ਅਸੀਂ ਅੱਜ ਇੱਕ ਟੋਪਿਕ ਦੇ ਉੱਤੇ ਗੱਲ ਕਰਾਂਗੇ ਜਿਹੜਾ ਨਾਂ ਆ ਕਿ ਅਨਗੋਡਲੀ ਸੋਲ ਟਾਈਜ਼। ਅਨਗੋਡਲੀ ਸੋਲ ਟਾਈਜ਼ ਮਤਲਬ ਕੁਛ ਉਹ ਰਿਸ਼ਤੇ ਜੋ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਜਾਂ ਪਰਮੇਸ਼ਵਰ ਨੂੰ ਮਨਜ਼ੂਰ ਨਹੀਂ ਆ, ਉਹਨਾਂ ਰਿਸ਼ਤਿਆਂ ਦੇ ਵਿੱਚ ਬੱਝੇ ਹੋਣਾ। ਬਹੁਤ ਸਾਰੇ ਲੋਕਾਂ ਦੀ ਲਾਈਫ ਦੇ ਵਿੱਚ ਇਹ ਪ੍ਰੋਬਲਮ ਆ ਕਿ ਉਹ ਅਨਗੋਡਲੀ ਸੋਲ ਟਾਈਜ਼ ਦੇ ਅੰਦਰ ਉਹਨਾਂ ਦਾ ਟਾਈਅਪ ਹੋਇਆ ਆ ਕਿਸੇ ਸੋਲ ਦੇ ਨਾਲ। ਸੋਲ ਅਸੀਂ ਜਾਨ ਨੂੰ ਕਹਿ ਦਿੰਦੇ ਹਾਂ, ਤਾਂ ਉਹਨਾਂ ਨੇ ਆਪਣੀ ਜਾਨ ਦਾ ਸੌਦਾ ਕੀਤਾ ਹੋਇਆ ਆ। ਆਪਣੀ ਜਾਨ ਨੂੰ ਸੌਦਾ ਕਰਨਾ ਮਤਲਬ ਵੇਚਿਆ ਹੀ ਹੋਣਾ ਨਹੀਂ ਹੁੰਦਾ, ਪਰ ਆਪਣੀ ਜਾਨ ਨੂੰ ਕਿਸੇ ਹੋਰ ਦੀ ਜਾਨ ਦੇ ਨਾਲ ਜੋੜਿਆ ਹੁੰਦਾ ਆ। ਅਰੇ ਸੋਲ ਟਾਈਜ਼ ਮਾੜੀ ਚੀਜ਼ ਨਹੀਂ ਆ, ਬਟ ਅਨਗੋਡਲੀ ਸੋਲ ਟਾਈਜ਼ ਜਿਹੜੀਆਂ ਆ ਨਾ ਉਹ ਮਾੜੀ ਗੱਲ ਆ, ਉਹ ਬੁਰੀ ਚੀਜ਼ ਆ। ਅਗਰ ਗੋਡਲੀ ਸੋਲ ਟਾਈ ਆ ਤਾਂ ਕੋਈ ਪ੍ਰੋਬਲਮ ਨਹੀਂ ਆ। ਤੁਹਾਡੇ ਪਰਮੇਸ਼ਵਰ ਦੇ ਵੱਲੋਂ ਰਿਸ਼ਤੇ ਜੋੜੇ ਹੋਏ ਆ, ਪਰਮੇਸ਼ਵਰ ਨੂੰ ਉਹ ਰਿਸ਼ਤੇ ਪਸੰਦ ਆ, ਪਰਮੇਸ਼ਵਰ ਦੀ ਕਿਰਪਾ ਆ ਉਹਨਾਂ ਰਿਸ਼ਤਿਆਂ ਦੇ ਉੱਤੇ, ਤਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਬੁਰਾਈ ਨਹੀਂ ਆ। ਪਰ ਅਨਗੋਡਲੀ ਜਿਹੜੀਆਂ ਸੋਲ ਟਾਈਜ਼ ਆ, ਜਿਹੜੇ ਤੁਸੀਂ ਪਰਮੇਸ਼ਵਰ ਦੇ ਵਿੱਚ ਜਿਹੜੇ ਰਿਸ਼ਤੇ ਨਹੀਂ ਆ, ਪਰਮੇਸ਼ਵਰ ਨੂੰ ਪਸੰਦ ਆਉਣ ਵਾਲੇ ਰਿਸ਼ਤੇ ਨਹੀਂ ਆ, ਜਦੋਂ ਤੁਸੀਂ ਉਹਨਾਂ ਰਿਸ਼ਤਿਆਂ ਦੇ ਵਿੱਚ ਆਉਂਦੇ ਆ ਔਰ ਤੁਸੀਂ ਟਾਈਅਪ ਕਰ ਲੈਂਦੇ ਆ, ਤਾਂ ਉੱਥੇ ਬਹੁਤ ਵੱਡੀ ਪ੍ਰੋਬਲਮ ਜਿਹੜੀ ਆ ਉਹ ਆ ਜਾਂਦੀ ਆ। ਤਾਂ ਬਹੁਤ ਜ਼ਰੂਰੀ ਆ ਕਿ ਅਨਗੋਡਲੀ ਸੋਲ ਟਾਈਜ਼ ਅੱਜ ਬ੍ਰੇਕ ਕੀਤੇ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਰ ਉਹ ਰਿਸ਼ਤਾ ਜੋ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਅੱਜ ਉਹ ਤੋੜਿਆ ਜਾਏ, ਟੁੱਟ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਰ ਤੁਹਾਨੂੰ ਪਤਾ ਉਹਨਾਂ ਰਿਸ਼ਤਿਆਂ ਨੂੰ ਮੈਂ ਨਹੀਂ ਪਰ ਤੁਸੀਂ ਤੋੜੋਂਗੇ। ਹਾਲੇਲੂਇਆ, ਉਹਨਾਂ ਰਿਸ਼ਤਿਆਂ ਨੂੰ ਤੁਸੀਂ ਤੋੜੋਂਗੇ। ਪਰਮੇਸ਼ਵਰ ਦੇ ਦਿੱਤੇ ਅਧਿਕਾਰ ਅਤੇ ਅਖਤਿਆਰ ਦੇ ਨਾਲ, ਪਰਮੇਸ਼ਵਰ ਦੀ ਦਿੱਤੀ ਸਮਰੱਥ ਦੇ ਨਾਲ ਤੁਸੀਂ ਉਹਨਾਂ ਰਿਸ਼ਤਿਆਂ ਨੂੰ ਤੋੜੋਂਗੇ, ਕਿਉਂਕਿ ਉਹ ਤੁਸੀਂ ਜੋੜੇ ਆ। ਇਸ ਲਈ ਤੁਹਾਨੂੰ ਹੀ ਤੋੜਨੇ ਪੈਣਗੇ। ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਸਿਰਫ ਤੁਹਾਡੇ ਹੀ ਕਰਨ ਦੇ ਦੁਆਰਾ ਹੋਣੀਆਂ ਆ, ਉਹ ਹੋਰ ਕਿਸੇ ਦੇ ਕਰਨ ਦੇ ਦੁਆਰਾ ਨਹੀਂ ਹੋ ਸਕਦੀਆਂ। ਤਾਂ ਅਨਗੋਡਲੀ ਸੋਲ ਟਾਈਜ਼ ਜਿਹੜੇ ਆ ਉਹ ਤੁਹਾਨੂੰ ਹੀ ਉਸ ਟਾਈਅਪ ਨੂੰ ਤੋੜਨਾ ਪੈਣਾ, ਉਹਨਾਂ ਗੰਦਿਆਂ ਰਿਸ਼ਤਿਆਂ ਦੇ ਵਿੱਚੋਂ, ਉਹਨਾਂ ਬੁਰਿਆਂ ਰਿਸ਼ਤਿਆਂ ਦੇ ਵਿੱਚੋਂ, ਉਹਨਾਂ ਉਸ ਟੌਕਸਿਕ ਰਿਲੇਸ਼ਨਸ਼ਿਪ ਦੇ ਵਿੱਚੋਂ ਤੁਹਾਨੂੰ ਖੁਦ ਹੀ ਬਾਹਰ ਨਿਕਲਣਾ ਪੈਣਾ। ਔਰ ਪ੍ਰਭੂ ਤੁਹਾਨੂੰ ਉਹਨਾਂ ਅਨਗੋਡਲੀ ਸੋਲ ਟਾਈਜ਼ ਤੋਂ ਡਿਲੀਵਰ ਕਰਨਗੇ, ਪ੍ਰਭੂ ਤੁਹਾਡੀ ਮਦਦ ਕਰਨਗੇ। ਹਾਲੇਲੂਇਆ, ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਐਕਚੁਅਲ ਦੇ ਵਿੱਚ ਸੋਲ ਟਾਈਜ਼ ਜਿਹੜੇ ਆ ਇਹ ਕੀ ਹੁੰਦੇ ਆ ਕਿ ਜਦੋਂ ਅਸੀਂ ਕਿਸੇ ਦੇ ਨਾਲ ਇੰਨਾ ਕੁ ਨੇੜੇ ਹੋ ਜਾਂਦੇ ਹਾਂ ਕਿ ਉਹਦੇ ਬਿਨਾਂ ਸਾਡਾ ਜੀ ਨਹੀਂ ਲੱਗਦਾ, ਉਹਦੇ ਲਈ ਅਸੀਂ ਸੋਚਦੇ ਹਾਂ, ਉਹਦੇ ਜੋ ਉਹ ਕਰਦਾ ਉਹ ਅਸੀਂ ਵੀ ਕਰਦੇ ਹਾਂ, ਜੋ ਉਹ ਖਾਂਦਾ ਉਹ ਅਸੀਂ ਵੀ ਖਾਂਦੇ ਹਾਂ, ਜੋ ਸਾਨੂੰ ਕਰਨ ਲਈ ਕਹਿੰਦਾ ਉਹ ਅਸੀਂ ਵੀ ਕਰਦੇ ਹਾਂ। ਇੱਕ ਬਹੁਤ ਹੀ ਡੀਪ ਕਨੈਕਸ਼ਨ ਦੇ ਵਿੱਚ ਆ ਜਾਂਦੇ ਹਾਂ, ਬਹੁਤ ਬਹੁਤ ਜ਼ਿਆਦਾ ਡੀਪ ਕਨੈਕਸ਼ਨ ਹੋ ਜਾਂਦਾ। ਔਰ ਇਹਦੇ ਵਿੱਚ ਮੈਕਸੀਮਮ ਲੋਕ ਸੋਲ ਟਾਈ ਦੇ ਵਿੱਚ ਹੁੰਦੇ ਆ ਓਪੋਜ਼ਿਟ ਜੈਂਡਰ ਦੇ ਨਾਲ, ਮੈਕਸੀਮਮ ਓਪੋਜ਼ਿਟ ਜੈਂਡਰ ਦੇ ਨਾਲ ਹੁੰਦੇ ਆ, ਬਟ ਫਿਰ ਵੀ ਕਾਫੀ ਲੋਕ ਆ ਜਿਹੜੇ ਸੇਮ ਜੈਂਡਰ ਦੇ ਨਾਲ ਵੀ ਸੋਲ ਟਾਈ ਦੇ ਵਿੱਚ ਹੁੰਦੇ ਆ। ਮਤਲਬ ਕਿ ਬਹੁਤ ਸਾਰੇ ਲੋਕ ਆ ਜਿਹੜੇ ਜਿਨ੍ਹਾਂ ਦੇ ਆਦਮੀ ਅਤੇ ਔਰਤ ਦਾ ਰਿਸ਼ਤਾ ਆ ਜਿਹੜਾ ਅਨਗੋਡਲੀ ਆ, ਮਤਲਬ ਕਿ ਆਪਣੀ ਪਤਨੀ ਵੀ ਆ ਪਰ ਇੱਕ ਹੋਰ ਔਰਤ ਦੇ ਨਾਲ ਸੰਬੰਧ ਆ, ਆਪਣਾ ਪਤੀ ਵੀ ਆ ਇੱਕ ਹੋਰ ਮਰਦ ਦੇ ਨਾਲ ਸੰਬੰਧ ਆ, ਜਾਂ ਅਜੇ ਮੈਰਿਜ ਨਹੀਂ ਹੋਈ ਕਿਸੇ ਮੁੰਡੇ ਦੇ ਨਾਲ ਸੰਬੰਧ ਆ, ਕਿਸੇ ਕੁੜੀ ਦੇ ਨਾਲ ਸੰਬੰਧ ਆ। ਤਾਂ ਇਹ ਆ ਅਨਗੋਡਲੀ ਸੋਲ ਟਾਈ। ਔਰ ਸਿਰਫ ਮਰਦ ਅਤੇ ਔਰਤ ਦਾ ਹੀ ਰਿਲੇਸ਼ਨ ਅਨਗੋਡਲੀ ਸੋਲ ਟਾਈ ਨਹੀਂ ਆ, ਪਰ ਬਹੁਤ ਸਾਰੇ ਇਹੋ ਜਿਹੇ ਵੀ ਆ ਜਿਹੜੀ ਜਿਨ੍ਹਾਂ ਨੇ
ਸੋਲਟ ਆਈ ਆ ਪਰ ਅਨਗੋਡਲੀ ਆ ਸਹੇਲੀਆਂ ਸਹੇਲੀਆਂ ਦੇ ਅਤੇ ਦੋਸਤਾਂ ਮਿੱਤਰਾਂ ਦੇ, ਮਤਲਬ ਮੁੰਡਿਆਂ ਮੁੰਡਿਆਂ ਦੇ ਵੀ ਅਤੇ ਕੁੜੀਆਂ ਕੁੜੀਆਂ ਦੇ ਵੀ ਅਨਗੋਡਲੀ ਸੋਲਟ ਆਈ ਆ। ਉਹਦੇ ਵਿੱਚ ਕੀ ਹੁੰਦਾ ਕਿ ਅਗਰ ਅਗਰ ਤੁਸੀਂ ਇੱਕ ਚੀਜ਼ ਨੂੰ ਦੋਨੋਂ ਜਾਣੇ ਕੋਮਨ ਯੂਜ਼ ਕਰਦੇ ਆ ਕਿ ਤੁਸੀਂ ਕੋਈ ਵੀ ਚੀਜ਼ ਆ ਉਹਨੂੰ ਵੰਡ ਕੇ ਲੈ ਰਹੇ ਆ, ਦੁੱਖ ਵੰਡਦੇ ਆ ਤੁਸੀਂ, ਖੁਸ਼ੀ ਵੰਡਦੇ ਆ, ਤਾਂ ਯਾਦ ਰੱਖੋ ਜਦੋਂ ਤੁਸੀਂ ਅਨਗੋਡਲੀ ਸੋਲਟਾਈ ਦੇ ਵਿੱਚ ਹੁੰਨੇ ਆ ਤਾਂ ਉੱਥੇ ਸਰਾਪ ਵੀ ਤੁਹਾਡੇ ਦੋਹਾਂ ਦੇ ਉੱਤੇ ਆਉਂਦੇ, ਇੱਕ ਦਾ ਸਰਾਪ ਦੂਜੇ ਨੂੰ ਵੀ ਜਿਹੜਾ ਆ ਉਹ ਸ਼ਰਾਪਿਤ ਕਰਦਾ ਆ, ਉਹਦੀ ਉਹਦੀ ਬੁਰਾਈ ਦੇ ਵੀ ਤੁਸੀਂ ਹਿੱਸੇਦਾਰ ਹੁੰਦੇ ਆ, ਉਹਦੀ ਸਜ਼ਾ ਜਿਹੜੀ ਉਹਦੇ ਉੱਤੇ ਆਉਣੀ ਤੁਸੀਂ ਉਹਦੇ ਲਈ ਵੀ ਹਿੱਸੇਦਾਰ ਹੁੰਦੇ ਆ। ਹਰ ਉਹ ਚੀਜ਼ ਜੋ ਜਿਹਦੇ ਨਾਲ ਤੁਹਾਡਾ ਸੋਲਟਾਈ ਹੋਇਆ ਆ ਤੁਸੀਂ ਉਹਦੇ ਹਿੱਸੇਦਾਰ ਬਣ ਜਾਂਦੇ, ਉਹਦੇ ਪਾਪ ਦੇ ਵੀ ਤੁਸੀਂ ਹਿੱਸੇਦਾਰ ਬਣ ਜਾਂਦੇ ਆ। ਤਾਂ ਇਸ ਲਈ ਜ਼ਰੂਰੀ ਆ ਕਿ ਉਹ ਸੋਲਟਾਈ ਜਿਹੜੀਆਂ ਪਰਮੇਸ਼ਵਰ ਦੇ ਵੱਲੋਂ ਜਿਹੜੀਆਂ ਅਨਹੈਲਥੀ ਆ, ਜਿਹੜੀਆਂ ਚੰਗੀਆਂ ਨਹੀਂ ਆ, ਜਿਹੜੀਆਂ ਰਿਸ਼ਤਿਆਂ ਦੀਆਂ ਗੰਢਾਂ ਪਰਮੇਸ਼ਵਰ ਦੇ ਵੱਲੋਂ ਨਹੀਂ ਦਿੱਤੀਆਂ ਗਈਆਂ, ਉਹਨਾਂ ਗੰਢਾਂ ਨੂੰ ਖੋਲ੍ਹ ਦਿਓ, ਉਹਨਾਂ ਰਿਸ਼ਤਿਆਂ ਨੂੰ ਜਿਹੜੇ ਟੌਕਸਿਕ ਆ, ਜਿਹੜੇ ਬੁਰੇ ਆ, ਉਹਨਾਂ ਰਿਸ਼ਤਿਆਂ ਨੂੰ ਤੋੜ ਦਿਓ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਅੱਜ ਉਹਨਾਂ ਰਿਸ਼ਤਿਆਂ ਦੇ ਵਿੱਚੋਂ ਬਾਹਰ ਆ ਜਾਓ, ਅੱਜ ਸਮਾਂ ਆ ਕਿ ਅਸੀਂ ਉਹਨਾਂ ਰਿਸ਼ਤਿਆਂ ਵਿੱਚੋਂ ਬਾਹਰ ਆ ਜਾਈਏ। ਔਰ ਉਹਦੀਆਂ ਕੁਝ ਐਗਜ਼ਾਮਪਲਸ ਚੰਗੀਆਂ ਜਿਹੜੀਆਂ ਗੋਡਲੀ ਸੋਲਟ ਆਈ ਆ, ਅੱਜ ਮੈਂ ਉਹਨਾਂ ਦੀ ਵੀ ਗੱਲ ਕਰਾਂਗੀ ਅਤੇ ਅਨਗੋਡਲੀ ਸੋਲਟ ਆਈ ਜਿਹੜੀ ਆ ਉਹਦੀ ਵੀ ਗੱਲ ਕਰਾਂਗੀ, ਪਰ ਅੱਜ ਮੇਨ ਮਕਸਦ ਆ ਕਿ ਪਰਮੇਸ਼ਵਰ ਤੁਹਾਨੂੰ ਅਨਗੋਡਲੀ ਸੋਲਟ ਆਈ 'ਚੋਂ ਡਿਲੀਵਰ ਕਰਨਾ ਚਾਹੁੰਦੇ ਆ। ਹਾਲੇਲੂਇਆ। ਅਸੀਂ ਦੇਖਦੇ ਹਾਂ ਜਦੋਂ ਵਚਨ ਦੇ ਵਿੱਚ, ਪਵਿੱਤਰ ਬਾਈਬਲ ਦੇ ਵਿੱਚ ਅਸੀਂ ਦੇਖਦੇ ਸਮਸੂਨ ਅਤੇ ਦਲੀਲਾ ਦੀ ਕਹਾਣੀ ਨੂੰ, ਤਾਂ ਉਹ ਆ ਅਨਹੈਲਥੀ ਰਿਲੇਸ਼ਨਸ਼ਿਪ, ਉਹ ਹੈ ਅਨਗੋਡਲੀ ਸੋਲਟ ਆਈ। ਸਮਸੂਨ ਦਲੀਲਾ ਦੇ ਨਾਲ ਦਿਲ ਤੋਂ ਪਿਆਰ ਕਰਦਾ ਆ, ਪਰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਇੱਕ ਜਿਹੜਾ ਅਭਿਸ਼ਿਕਤ ਆ ਉਹਨੂੰ ਇਹ ਇਜਾਜ਼ਤ ਨਹੀਂ ਆ ਕਿ ਉਹ ਅਨਗੋਡਲੀ ਲੋਕਾਂ ਦੇ ਇਨ ਟੱਚ ਹੋਵੇ, ਉਹ ਅਨਗੋਡਲੀ ਲੋਕਾਂ ਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ ਜਾਂ ਇਮੋਸ਼ਨਲ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ। ਜੋ ਪਰਮੇਸ਼ਵਰ ਦਾ ਅਭਿਸ਼ਿਕਤ ਆ, ਜੋ ਪਰਮੇਸ਼ਵਰ ਦਾ ਚੁਣਿਆ ਹੋਇਆ ਆ, ਠਹਿਰਾਇਆ ਹੋਇਆ ਆ, ਉਹਨੂੰ ਬਿਲਕੁਲ ਵੀ ਇਜਾਜ਼ਤ ਨਹੀਂ ਆ ਕਿ ਉਹ ਕਿਸੇ ਵੀ ਤਰ੍ਹਾਂ ਦਾ ਇਹੋ ਜਿਹਾ ਕੰਮ ਕਰੇ ਜਿਹੜਾ ਉਹਦੇ ਅਭਿਸ਼ੇਕ ਨੂੰ ਉਹਦੇ ਤੋਂ ਤੋੜ ਦਿੰਦਾ ਆ। ਪਰਮੇਸ਼ਵਰ ਨਹੀਂ ਚਾਹੁੰਦੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਲੋਕ ਵਿਭਚਾਰੀਆਂ ਦੇ ਨਾਲ ਸੰਬੰਧ ਰੱਖਣ। ਸਮਸੂਨ ਨੇ ਇਹ ਕੀਤਾ। ਸਮਸੂਨ ਪਰਮੇਸ਼ਵਰ ਦਾ ਚੁਣਿਆ ਹੋਇਆ ਦਾਸ, ਪਰਮੇਸ਼ਵਰ ਦਾ ਚੁਣਿਆ ਹੋਇਆ ਬੰਦਾ ਸੀ। ਪਰਮੇਸ਼ਵਰ ਨੇ ਆਪਣਾ ਬਲ ਉਹਦੇ ਅੰਦਰ ਪਾਇਆ, ਇੰਨਾ ਬਲ ਕਿ ਉਹ ਹਜ਼ਾਰਾਂ ਲੋਕਾਂ ਨੂੰ ਮਾਰਨ ਦੀ ਇਕੱਲਾ ਹੀ ਤਾਕਤ ਰੱਖਦਾ ਆ, ਉਹ ਵੱਡੀਆਂ ਲੜਾਈਆਂ ਲੜਨ ਦੀ ਤਾਕਤ ਰੱਖਦਾ, ਇੱਕ ਵੱਡਾ ਜ਼ੋਰ ਪਰਮੇਸ਼ਵਰ ਨੇ ਸਮਸੂਨ ਦੇ ਅੰਦਰ ਪਾਇਆ। ਪਰ ਸਮਸੂਨ ਜਿਹਨੂੰ ਅਸੀਂ ਸੈਮਸਨ ਕਹਿੰਦੇ ਹਾਂ, ਸੈਮਸਨ ਦਲੀਲਾ ਦੇ ਨਾਲ, ਇੱਕ ਵਿਭਚਾਰਨ ਔਰਤ ਦੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਦੇ ਵਿੱਚ ਗਿਆ, ਇਮੋਸ਼ਨਲ ਰਿਲੇਸ਼ਨਸ਼ਿਪ ਦੇ ਵਿੱਚ ਗਿਆ, ਇੱਕ ਗਲਤ ਰਿਸ਼ਤਾ ਉਹਨੇ ਸਥਾਪਿਤ ਕੀਤਾ, ਔਰ ਦਲੀਲਾ ਨੇ ਉਹਨੂੰ ਭਰਮਾ ਲਿਆ, ਦਲੀਲਾ ਨੇ ਉਹਨੂੰ ਪਿਆਰ ਦਾ ਵਾਸਤਾ ਦਿੱਤਾ। ਉਸ ਡਰਾਮੇਬਾਜ਼, ਉਸ ਗਲਤ ਗੰਦੀ ਔਰਤ ਨੇ ਸਮਸੂਨ ਨੂੰ ਭਰਮਾਇਆ। ਸਮਸੂਨ ਜੋ ਪਰਮੇਸ਼ਵਰ ਦੇ ਕੰਮ ਕਰਦਾ, ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਤੋਂ ਸੁਣਦਾ, ਫਿਰ ਵੀ ਉਹ ਭਰਮਾਇਆ ਗਿਆ।
ਇਹ ਬੜੀ ਡੇਂਜਰਸ ਚੀਜ਼ ਆ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਰਮੇਸ਼ਵਰ ਦੇ ਚੁਣੇ ਹੋਏ ਆ ਅਤੇ ਕੋਈ ਤੁਹਾਨੂੰ ਠੱਗ ਨਹੀਂ ਸਕਦਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਰਮੇਸ਼ਵਰ ਦੇ ਅਭਿਸ਼ੇਕਤ ਆ, ਤੁਸੀਂ ਚੁਣੇ ਆ ਅਤੇ ਤੁਹਾਡੀ ਲਾਈਫ ਦੇ ਵਿੱਚ ਕੋਈ ਟ੍ਰਾਇਲ ਨਹੀਂ ਆਉਣਾ, ਕੋਈ ਟੈਸਟ ਨਹੀਂ ਆਉਣਾ, ਕੋਈ ਸ਼ੈਤਾਨੀ ਸ਼ਕਤੀ ਜਿਹੜੀ ਆ, ਕੋਈ ਵਿਭਚਾਰਨ ਔਰਤ ਜਿਹੜੀ ਆ, ਉਹ ਕੋਈ ਇਹੋ ਜਿਹੀ ਚੀਜ਼ ਨਹੀਂ ਹੋਣੀ, ਉਹ ਪਹਿਲਾਂ ਹੀ ਤੁਹਾਡੇ ਤੋਂ ਦੂਰ ਹੋ ਜਾਣੀ। ਨਹੀਂ, ਤੁਹਾਨੂੰ ਵਿਸ਼ਵਾਸ ਪਰਖਿਆ ਜਾਏਗਾ, ਤੁਹਾਨੂੰ ਟੈਸਟ ਦੇਣੇ ਪੈਣੇ ਆ। ਅਰ ਹੋਇਆ ਕਿ ਉਹਨੇ ਪਤਿਆ ਕੇ ਪੁੱਛ ਲਿਆ ਕਿ ਤੇਰਾ ਜ਼ੋਰ ਕਿੱਥੇ ਆ। ਪਰਮੇਸ਼ਵਰ ਜਿਹੜਾ ਤੇਰਾ ਪਰਮੇਸ਼ਵਰ ਆ, ਜਿਹਨੇ ਤੈਨੂੰ ਜ਼ੋਰ ਦਿੱਤਾ ਆ, ਉਹ ਜ਼ੋਰ ਕਿੱਥੇ ਆ? ਅਤੇ ਉਸ ਸਮਸੂਨ ਨੇ ਜੋ ਉਸ ਵਿਭਚਾਰਨ ਔਰਤ ਦੀਆਂ ਗੱਲਾਂ ਦੇ ਵਿੱਚ ਫਸ ਗਿਆ, ਉਹਨੇ ਉਹ ਭੇਤ ਦੱਸ ਦਿੱਤਾ ਕਿ ਜਿਹੜੀਆਂ ਮੇਰੇ ਬਾਲਾਂ ਦੀਆਂ ਜਟਾਂ ਆ ਮੇਰੇ ਸਿਰ ਦੇ ਉੱਤੇ, ਇਹਨਾਂ ਦੇ ਵਿੱਚ ਪਰਮੇਸ਼ਵਰ ਦਾ ਜ਼ੋਰ ਆ, ਕਿਉਂਕਿ ਪਰਮੇਸ਼ਵਰ ਨੇ ਮੇਰੀ ਮਾਂ ਨੂੰ ਇਸ ਸੁਨੇਹਾ ਦਿੱਤਾ ਸੀਗਾ ਕਿ ਇਹਨਾਂ ਜਟਾਂ ਨੂੰ ਕਦੀ ਵੀ ਕੱਟੀ ਨਾ। ਔਰ ਉਸ ਔਰਤ ਨੇ ਨਸ਼ਾ ਪਿਆਇਆ ਉਹਨੂੰ, ਉਸ ਔਰਤ ਨੇ ਧੋਖਾ ਦਿੱਤਾ ਉਹਨੂੰ, ਉਸ ਔਰਤ ਦੇ ਨਾਲ ਮਿਲ ਕੇ ਸਮਸੂਨ ਨੇ ਵਿਚਾਰ ਕੀਤਾ। ਔਰ ਹੋਇਆ ਕੀ, ਉਹਨੇ ਉਹ ਜਟਾਂ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਜ਼ੋਰ ਸੀ, ਉਹ ਉਹਦੇ ਸਿਰ ਤੋਂ ਲਹਾ ਦਿੱਤੀਆਂ ਅਤੇ ਸਮਸੂਨ ਇੱਕ ਸਧਾਰਨ ਜਿਹਾ ਵਿਅਕਤੀ ਹੋ ਗਿਆ। ਉਹਨਾਂ ਨੇ ਉਹਦੀਆਂ ਅੱਖਾਂ ਵੀ ਕੱਢ ਦਿੱਤੀਆਂ, ਉਹਨਾਂ ਨੇ ਉਹਦੇ ਉੱਤੇ ਬਹੁਤ ਤਸ਼ੱਦਦ ਕੀਤਾ। ਜਦੋਂ ਅਨਗੋਡਲੀ ਰਿਲੇਸ਼ਨਸ਼ਿਪ ਕਿਸੇ ਦੀ ਲਾਈਫ ਦੇ ਵਿੱਚ ਹੁੰਦੀ ਆ ਤਾਂ ਫੇਵਰ ਆਫ ਗੋਡ ਜਿਹੜਾ ਆ ਉਹ ਚਲਿਆ ਜਾਂਦਾ ਹੈ। ਜਦੋਂ ਉਹ ਰਿਸ਼ਤੇ ਜੋ ਪਰਮੇਸ਼ਵਰ ਦੇ ਦੁਆਰਾ ਠਹਿਰਾਏ ਹੋਏ ਨਹੀਂ ਆ, ਜਿਸ ਵੀ ਇਨਸਾਨ ਦੇ ਜੀਵਨ ਦੇ ਵਿੱਚ ਉਹ ਰਿਸ਼ਤਾ ਹੁੰਦਾ ਜੋ ਪਰਮੇਸ਼ਵਰ ਨੂੰ ਪਸੰਦ ਨਹੀਂ ਆ, ਤਾਂ ਪਰਮੇਸ਼ਵਰ ਦਾ ਮਸਾ, ਪਰਮੇਸ਼ਵਰ ਦਾ ਪੱਖ, ਪਰਮੇਸ਼ਵਰ ਦੀ ਕਿਰਪਾ, ਪਰਮੇਸ਼ਵਰ ਦਾ ਅਨੁਗ੍ਰਹਿ, ਪਰਮੇਸ਼ਵਰ ਦੀ ਦਇਆ ਉਸ ਮਨੁੱਖ ਤੋਂ ਜਾਂਦੀ ਰਹਿੰਦੀ ਆ। ਔਰ ਅਸੀਂ ਪਰਮੇਸ਼ਵਰ ਦੀ ਦਇਆ ਤੋਂ ਬਿਨਾਂ ਹੈ ਕੀ? ਅਸੀਂ ਪਰਮੇਸ਼ਵਰ ਦੇ ਜ਼ੋਰ ਤੋਂ ਬਿਨਾਂ ਹੈ ਕੀ? ਅੱਜ ਅਗਰ ਕੁਛ ਵੀ ਅਸੀਂ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਜ਼ੋਰ ਦੇ ਨਾਲ ਆ, ਉਹਦੀ ਦਇਆ ਦਾ ਕਰਕੇ ਆ।